خان افغانیاں والا انہاں تو بعد ذاکر باکر حسین خان بلوچ انہاں تو بعد ذاکر قبلہ سید مختار حسین شاہ صاحب انہاں تو بعد واجب الاحترام قبلہ علامہ مظہر عباس کلوچ خصوصاً مومن واسطے دعا ذمہ لئی نے اللہ ذکر دا صدقہ شفا دیوا جتنے مومنین مومنات حسین مظلوم دے منن والے اس دنیا تو چلے گئے ہیں کوئی وارثاں لا یا کوئی بے وارث آ خصوصاً اج دی مجلس دے جتنے مومنین مومنات تشریف گھنے انہاں دے جو بزرگ لواحقین چلے گئے اور خصوصاً بانیان مجلس دے جو بزرگ لواحقین چلے گئے اللہ درجات بلند کر ساری لکھاں دی ہکا دعا سارے وارث دا جل ظہور فرما اکھیاں کو زیارت کرا اللہ اس قابل بنا جو امام زمانہ آکھے نے سارے نام لے سارے بلند صلوات پڑھو ذرا میری طبیعت صحیح نہ آئی کاشف دا حکم آئی میں حکم سمجھدا میں آ گیا ایک نو مجلس ہور پڑھنی آئی تے میں بالکل ہی تھوڑا جہا پڑھنا چاہنا خوش قسمت او انسان جڑے بندے دا علی بادشاہ امام کیونکہ نبیاں دے مشکل کشا دا نام علی بادشاہ انہاں واسطے حکم ہے صرف حکم ہے انہاں کو منو انہاں کو سوچو نہیں سچیں دا حکم ہے جڑا سمن جی چاہندا ہوئے انہاں دے گھر دے نوکراں دی سمجھ ملائکہ کو نہیں ہے ملائکہ کو نہیں آندی کوئی لمبی نہیں ہک دو گل ہک یا دو جملہ سنواونا نہ چاہندا جڑا سننا نہ اوندے جگر تے لکھنا چاہندا جیندے صرف
ਈ ਹੱਥ ਨਾਲ ਹੱਥੇ ਨਾਲ ਜਿਹਦੇ ਸਿਰਫ ਈ ਹੱਥ ਨਾਲ ਅੱਲਾਹ ਦਾ ਸਾਰਾ ਦੀਨ ਮੁਕੰਮਲ ਥੀ ਵਿੰਦੇ ਉਹਦਾ ਬਹਿਰ ਬੰਦਾ ਤੂੰ ਨਾ ਪੁੱਛਾ ਕਰ ਕਿੱਥਾਂ ਗਏ ਸਿਰਫ ਹੱਥ ਨਾਲ ਸਿਰਫ ਹੱਥ ਨਾਲ ਅੱਲਾਹ ਦਾ ਸਾਰਾ ਦੀਨ ਮੁਕੰਮਲ ਥੀ ਵਿੰਦੇ ਉਹਦਾ ਬੰਦਾ ਤੂੰ ਨਾ ਪੁੱਛਾ ਕਰ ਸਾਰੇ ਸਾਹਮਣੇ ਕੁੱਟ ਕੇ ਗੀਲ ਕੇ ਗੱਲ ਸੁਣੋ ਮੈਂ ਤੁਹਾਡੇ ਪਾਸੇ ਬਹੁਤ ਥੋੜਾ ਆਉਂਦਾ ਨਾਲੇ ਮੈਂ ਕਮਜ਼ੋਰ ਜਿਹਾ ਬੰਦਾ ਤੇ ਹਯਾਤੀ ਉਹਨੇ ਇਹ ਸਾਲ ਬਾਅਦ ਇਹ ਮਜਲਿਸ ਪੜ੍ਹਨੀ ਪਾਉਂਦੀ ਹੈ ਕਹਿ ਨਾਲ ਲੜਨ ਦੀ ਜ਼ਰੂਰਤ ਹੀ ਨਹੀਂ ਕਹਿ ਨਾਲ ਲੜਨ ਦੀ ਜ਼ਰੂਰਤ ਨਹੀਂ ਕਹਿੰਦੇ ਨਾ ਚਾਹਵਣ ਦੀ ਜ਼ਰੂਰਤ ਨਹੀਂ ਕਹਿੰਦੇ ਨਾ ਚਾਹਵਣ ਦੀ ਜ਼ਰੂਰਤ ਨਹੀਂ ਸ਼ੀਆ ਹੋਵੇ ਸੁੰਨੀ ਹੋਵੇ ਦੇਵਬੰਦ ਹੋਵੇ ਵਹਾਬੀ ਹੋਵੇ ਇੱਥਾਂ ਹੀ ਬੈਠਾ ਹੋਵੇ ਕਿੱਥਾਂ ਹੀ ਹੋਵੇ ਕਿੱਥਾਂ ਹੀ ਹੋਵੇ ਭਾਵੇਂ ਉਹਨਾਂ ਹੀ ਹੋਵੇ ਭਾਵੇਂ ਇੱਥਾਂ ਹੀ ਹੋਵੇ ਭਾਵੇਂ ਕਿੱਥਾਂ ਹੀ ਹੋਵੇ ਭਾਵੇਂ ਉਹਨਾਂ ਹੀ ਹੋਵੇ ਮੈਂ ਕੋ ਤਾਂ ਇੱਕੋ ਫਰਮਾਨ ਯਾਦ ਹੈ ਤੇ ਮੇਰੇ ਤੇ ਕਾਫੀ ਹੈ ਥੋੜਾ ਜਿਹਾ ਆਵਾਜ਼ ਦਿਓ ਘੱਟ ਵੀ ਕੀਤਾ ਮੈਂ ਤੇ ਜਿਹੜਾ ਬੰਦਾ ਕਿਨੇ ਵਹਿੰਦਾ ਪਿਆ ਹੋਵੇ ਮੈਂ ਖੁਸ਼ ਦਿੰਦਾ ਦੁਕਾਨਦਾਰਾਂ ਨੂੰ ਜੇ ਇਹਨਾਂ ਤੇ ਵਹਿੰਦਾ ਪਿਆ ਹੋਵੇ ਸਿੱਧੇ ਰਾਹ ਤੇ ਮੈਂ ਖੁਸ਼ ਹਾਂ ਜੇ ਰਸਤਾ ਗਲਤ ਕਿਤੇ ਵਹਿੰਦਾ ਹੋਵੇ ਮੈਂ ਢੇਰ ਖੁਸ਼ ਹਾਂ ਮੈਂ ਕਿਉਂ ਖੁਸ਼ ਹਾਂ ਜੋ ਸੱਚੀ ਧੀ ਦੇ ਬਾਬੇ ਦਾ ਫਰਮਾਨ ਹੈ ਨਬੀਆਂ ਦੇ ਸਰਦਾਰ ਨਬੀ ਦਾ ਫਰਮਾਨ ਹੈ ਜਾਹਲੀ ਹਰਾਮੀ ਤੇ ਕੋ ਮਾਨੀ ਨਹੀਂ ਸਕਦਾ ਸਰਕਾਰ ਫਰਮਾਏ ਹਲਾਲੀ ਤੇ ਕੋ ਛੋੜ ਹੀ ਨਹੀਂ ਸਕਦਾ ਕਹਿੰਦੇ ਨਾ ਚਾਹਵਣ ਦੀ ਜ਼ਰੂਰਤ ਹੀ ਨਹੀਂ ਯਾਰ ਨਮਾਜ਼ ਹਰ ਬੰਦਾ ਪੜ੍ਹਦੇ ਇਹ ਗੱਲ ਕੀਤੀ ਵਜਾ ਬਈ ਇਤਨਾ ਤਾਂ ਮੇਰਾ ਹੱਕ ਹੀ ਹੈ ਯਾਰ ਹੈ ਨਮਾਜ਼ ਵਾਜਿਬ ਹੈ ਨਾ ਹਰ ਬੰਦੇ ਤੇ ਅਲੀ ਵਾਲਾ ਹੋਵੇ ਤੇ ਨਾ ਪੜ੍ਹਦਾ ਹੋਵੇ ਇਹੀ ਵਾਜਿਬ ਹੈ ਸੁਣਦੇ ਬੈਠੇ ਹੋ ਨਾ ਕਿਉਂਕਿ ਨਮਾਜ਼ ਦੇ ਢੇਰ ਸਾਰੇ ਫਾਇਦੇ ਲਿਬਾਸ ਆਪਣਾ ਪਾਕ ਜਿਸਮ ਆਪਣਾ ਪਾਕ ਅਗਰ ਕੋਈ ਸ਼ਰੀਕ ਹੈ ਦੁਸ਼ਮਣ ਹੈ ਉਹਦੀ ਜਿਬੜੀ ਕੋਲ ਵੀ ਬੰਦਾ ਪਾਕ ਇਹ ਆਮ ਤੌਰ ਤੇ ਫਤਵਾ ਲਾ ਦਿੰਦੇ ਅਲੀ ਅਲੀ ਕਰਦੇ ਨਮਾਜ਼ ਨਹੀਂ ਪੜ੍ਹਦੇ ਸੁਣਦੇ ਬੈਠੇ ਹੋ ਨਾ ਨਮਾਜ਼ ਨਹੀਂ ਪੜ੍ਹਦੇ ਬਸ ਅਲੀ ਅਲੀ ਕਰਦੇ ਹਰ ਪਾਸੋਂ ਬੰਦਾ ਪਾਕ ਥੀਂਦੇ ਨਾ ਇਹ ਇੱਥੇ ਹੀ ਚੁੱਪ ਕਰਕੇ ਮੈਂ ਕੋਈ ਜਵਾਬ ਦੇਵਾਂ ਨਮਾਜ਼ ਫਰੂਹ ਹੀ ਚ ਹੈ ਵੀ ਨਮਾਜ਼ ਫਰੂਹ ਹੈ ਨਾ ਸ਼ੁਕਰ ਹੈ ਮੈਂ ਤਾਂ ਪੜ੍ਹਾ ਹੋਇਆ ਕੋਈ ਨਾ ਨਮਾਜ਼ ਫਰੂਹ ਅੱਗੋਂ ਰੋਜ਼ਾ ਕੋਈ ਫਰੂਹ ਵਾਲਾ ਅੱਗੋਂ ਅੱਜ ਵਾਲਾ ਅੱਗੋਂ ਇਵੇਂ ਅੱਗਾਂ ਤੁਰੋ ਤਾਂ ਅੱਗੋਂ ਕਿੱਥੇ ਤਬਰਾ ਵੱਧਾ ਨਹੀਂ ਤਬਰਾ ਵੱਧੇ ਕਿੱਥੇ ਇਵੇਂ ਅੱਗੂ ਤੇ ਨਮਾਜ਼ ਦਾ ਰਸੈਨ ਰੋਜ਼ੇ ਦਾ ਰਸੈਨ ਹੱਜ ਜ਼ਕਾਤ ਖੁਮਸ ਤਾਈਂ ਰਸੈਨ ਤਬਰੇ ਦਾ ਨਾ ਕੋਈ ਨਹੀਂ ਚਾਹੀਦਾ ਤਬਰਾ ਇਹਦੀ ਔਖੀ ਚੀਜ਼ ਹੈ
ਬੰਦਾ ਇੱਥਾਂ ਹੀ ਹੋਵੇ, ਬੰਦਾ ਕਿੱਥਾਂ ਹੀ ਹੋਵੇ, ਬੰਦਾ ਉਹਨਾਂ ਹੀ ਹੋਵੇ। ਇਹ ਐਸੀ ਚੀਜ਼ ਹੈ ਜਿਹਦਾ ਹੱਕ ਹੋਵੇ ਨਾ, ਜਿਹਦਾ ਜਿਹਦੇ ਹੀ ਹੱਕ ਹੋਵੇ, ਇਹ ਉਹਦੇ ਸਾਹਮਣੇ ਬਣ ਗਿਆ ਤੇ ਜਨਾਬ ਆਪਣਾ ਹੱਕ ਵਸੂਲ ਕਰੋ। ਇਹਨਾਂ ਵਾਸਤੇ ਹੁਕਮ ਹੈ ਸਿਰ ਮੰਨੋ, ਸੋਚੋ ਨਹੀਂ, ਇਹਨਾਂ ਤੌਹੀਦ ਬਚਾਈਏ, ਇਹਨਾਂ ਦੀਨ ਬਚਾਏ, ਇਹਨਾਂ ਇਸਲਾਮ ਬਚਾਏ, ਨਮਾਜ਼ ਬਚਾਈਏ, ਸ਼ਰੀਅਤ ਬਚਾਈਏ। ਉਹ ਤਾਂ ਲੋਕ ਹੀ ਚਲੇ ਗਏ ਜਿਹੜੇ ਇਹ ਜ਼ਾਕਰੀ ਘਰੇ ਨੇ, ਉਹਨਾਂ ਆਖੇ ਤਤਹੀਰ ਵਾਲਾ ਘਰ ਹਨ, ਤਤਹੀਰ ਵਾਲਾ। ਉਹਨਾਂ ਗਈ ਗਾਰੇ ਚੋਂ ਜੱਡੇ ਨਹੀਂ ਕਹੇ ਸੈਯਦ ਜ਼ਾਦੀ ਦਾ ਕਦਮ ਦਰਵਾਜ਼ੇ ਤੋਂ ਬਹਿ ਰਹੇ ਬਜ਼ੁਰਗਾਂ ਜ਼ਾਕਰਾਂ ਆਖੇ ਜੀਂਦੀ ਨਹੀਂ ਜਨਾਜ਼ਾ ਹੈ। ਜੀਂਦੀ ਨਹੀਂ ਜਨਾਜ਼ਾ ਹੈ, ਜੀਂਦੀ ਨਹੀਂ ਜਨਾਜ਼ਾ ਹੈ। ਜਿਹੜੇ ਜੁਮਲੇ ਤੇ ਮੈਂ ਆਪ ਢੇਰ ਰੋਣਾ, ਉਹਨਾਂ ਬਜ਼ੁਰਗਾਂ ਜ਼ਾਕਰਾਂ ਆਖੇ ਮੁਸਲਮਾਨਾਂ ਦੀ ਫਿਤਰਤ ਹੀ ਜਨਾਜ਼ਿਆਂ ਨੂੰ ਮਾਰਨ। ਜਨਾਜ਼ਿਆਂ ਨੂੰ ਮਾਰਨ ਤੇਰੇ ਬਜੜੇ ਦੇ ਹਨ, ਮੁਸਲਮਾਨਾਂ ਦੀ ਫਿਤਰਤ ਹੀ ਜਨਾਜ਼ਿਆਂ ਨੂੰ ਮਾਰਨ। ਮੈਂ ਸੁਚੇਨਾ ਤੇਰੇ ਬਜੜੇ ਦੇ ਹਨ, ਮੁਸਲਮਾਨਾਂ ਦੀ ਫਿਤਰਤ ਆਈ ਜਨਾਜ਼ੇ ਤੇ ਮਾਰੋ। ਮੈਂ ਸੁਚੇਨਾ ਹੈ ਕਿਵੇਂ ਜਨਾਜ਼ੇ, ਕੱਲੇ ਸੁਚੇਨੇ ਸੁਚੇਨੇ ਬਾਅਦ ਦੀ ਸਮਝ ਆ ਗਈ। ਜਿਹੜੀ ਪਰਦਾਦਾਰ ਪੂਰੀ ਜ਼ਿੰਦਗੀ ਅਰੀ ਜੈ ਬਾਬੇ ਨਾਲ ਨਾ ਬੋਲੀ ਹੋਵੇ, ਭਲਾ ਉਹ ਪਰਦਾਦਾਰ ਹੋਵੇ ਹੱਥ ਰੁੱਧੇ ਹੋਏ ਹੋਵੇ, ਬਾਜ਼ਾਰ ਦਾ ਮਾਹੌਲ ਹੋਵੇ ਹਰ ਚੌਕ ਦੇ ਆਖੇ ਇੱਥੇ ਚਾਦਰ ਦਿਓ ਚਾਹੋ ਮੋੜ ਦਿਆ ਗਿਆ, ਪਰ ਬਜੜੇ ਜੀ ਆਬਾਦ ਰਹਿਆ, ਪਰ ਬਜੜੇ ਜੀ ਉਹ ਮੋੜ ਦੇ। ਅੱਛਾ ਭਲਾ ਮਿਲੇ ਪੱਥਰਾਂ ਦਾ ਜਵਾਬ, ਪੀਰਾਂ ਦਾ ਜਵਾਬ, ਤੇਰੇ ਬਜੜੇ ਜੀ ਹਨ ਤੂੰ ਆਬਾਦ ਰਹੇ। ਮੈਂ ਪਹਿਲੇ ਅਰਜ਼ ਕੀਤੀ ਹੈ ਮੇਰੀ ਤਬੀਅਤ ਸਹੀ ਨਹੀਂ, ਕੋਸ਼ਿਸ਼ ਕਰੇ ਦਾ ਮਤਾ ਜ਼ਿੰਦਗੀ ਦੀ ਮੇਰੀ ਆਖਰੀ ਮਜਲਿਸ, ਕਈ ਥੋੜ੍ਹਾ ਜਿਹਾ ਮਾਤਮ ਸੁਣਾਉਣਾ ਚਾਹੁੰਦਾ। ਅੱਛਾ ਅਜ਼ਾਨ ਮਿਲਦੀ ਹੈ, ਅਜ਼ਾਨ ਮਿਲਦੀ ਹੈ, ਹਰ ਜਾ ਮਿਲਦੀ ਮਿਲਦੀ ਹੈ। ਇਹ ਜੈ ਵੇਲੇ ਮੁਅਜ਼ਿਨ ਅਜ਼ਾਨ ਸ਼ੁਰੂ ਕਰੇਂਦੇ ਉਮਤੀ ਨੇ ਬੋਲੇ ਸੰਤ ਖੈਰ ਹੈ, ਜਿਹੜੇ ਕਿ ਸੈਯਦ ਬੈਠੇ ਮਦਲੇ ਸੇ ਅਜ਼ਾਨ ਮਿਲਣ ਲੱਗੇ, ਤੁਹਾਡੇ ਸਾਰੇ ਘਰ ਦਾ ਮਾਹੌਲ ਹੈ ਦਸਤੂਰ ਹੈ, ਅਗਰ ਪਰਦਾਦਾਰ ਸਰ ਤੇ ਚਾਦਰ ਨਾ ਹੋਵੇ ਬਿਸਮਿਲ੍ਲਾ ਆਓ ਅੱਲਾ ਹੋ ਆਓ ਕਿਉਂ ਆਓ ਉਹਨਾਂ ਖੋਲ ਗਿਆ।
ਅਜ਼ਾਨ ਮਿਲਦੀ ਹੈ, ਚਾਦਰ ਨਾ ਹੋਵੇ, ਪਰਦਾਦਾਰ ਜਲਦੀ ਨਾਲ ਚਾਦਰ ਸੰਭਲੇ ਬਾਈ ਜਾਨ ਆਦੇ, ਚਾਦਰ ਸੰਭਾਲਣ ਵਾਸਤੇ ਹੱਥ ਆਜ਼ਾਦ ਹੋਣੇ ਜ਼ਰੂਰੀ ਹੈ। ਆਬਾਦ ਨਾ ਹੋਇਆ ਪਰ ਮੇਰੀ ਸਹਿਣ ਪੁੱਤਰ ਗੁਆਤੀ, ਮੇਰੇ ਨਾਨੇ ਦੇ ਉਂਗਲੀਆਂ ਕੋਲੋਂ ਲੱਗਾ ਹੋਇਆ ਨੇ, ਉਹਨਾਂ ਗੁਆਕ ਮੇਰੀ ਮਾਂ ਪਈ ਆਦੀ ਹੈ। ختم مولا دے دیر دار مگدی تا ہر موڑ دے رہی ہے، ہر چوک دے رہی ہے، مسلمان مہیا نہیں آیا، بس سال بعد قیداں مک گئی ہیں، قیداں مک گئی ہیں، دو لفظ دے بعد وین شروع کرن، قید ਮੁੱਕ ਗਈ। ਮੇਰੀ ਸੈਣ ਪੁੱਤਰ ਗਵਾ ਕੇ ਜਲਦੀ ਕਰ, ਮੈਂ ਚੇਲਮ ਤੇ ਮੰਨਣਾ, ਜਲਦੀ ਕਰਨਾ, ਮੈਂ ਚੇਲਮ ਤੇ ਮੰਨਣਾ, ਜਲਦੀ ਕਰ, ਮੈਂ ਚੇਲਮ ਤੇ ਮੰਨਣਾ। ਮੇਰੇ ਇਮਾਮ ਦੀ ਰੱਤ ਜ਼ਿਆਦਾ ਥੀਂਦੀ ਰਹੀ, ਬੀਬੀ ਆ ਕੇ ਜਲਦੀ ਕਰ, ਮੈਂ ਚੇਲਮ ਤੇ ਮੰਨਣਾ। ਪੰਜਵੀਂ ਦਫ਼ਾ ਬੀਬੀ ਆ ਕੇ ਜਲਦੀ ਕਰ, ਮੈਂ ਛੇਲਮ ਤੇ ਵੰਡਣਾ। ਮੇਰੇ ਇਮਾਮ ਹੌਲੇ ਹੌਲੇ ਪੁੱਛਿਆ, ਅੰਮਾ ਕਹਿੰਦਾ ਚੇਲੋ, ਬੀਬੀ ਆ ਕੇ ਮੈਂ ਬਿਰਾ ਦਾ ਚੇਲੋ, ਅੰਮਾ ਦੁੱਗੇ ਲੱਗਦੀ ਹੈ, ਮੈਂ ਭੇੜ ਕਿੱਥਾਂ ਚੇਲੋ ਕਿੱਥਾਂ। ਬੀਬੀ ਆ ਕੇ ਕਰ ਬਲਾ, ਅੰਮਾ ਇੱਥੋਂ ਪੈਸੇ, ਅੰਮਾ ਇੱਥੋਂ ਵੈਸੇ ਉੱਥਾਂ ਛੇਲਮ ਤੇ। ਮਸਾਹਿਬ ਮੇਰੀ ਪਿੰਨੀ ਹੋਈ ਖਰੇ ਤੇ, ਮੈਂ ਨੌਜਵਾਨਾਂ ਵਾਸਤੇ ਜੁਮਲਾ ਆਖਣਾ ਨਾ ਚਾਹੁੰਦਾ, ਜਿਗਰ ਤੇ ਲਿਖਣਾ ਚਾਹੁੰਦਾ, ਅੰਮਾ ਇੱਥੋਂ ਵੈਸੇ, ਇੱਥੋਂ ਵੈਸੇ ਨਾ ਸ਼ਾਮ ਵਿੱਚੋਂ ਉੱਥਾਂ ਕਰਬਲਾ ਬਿਰਾ ਦਾ ਚੇਲੋ, ਹਾ ਰਾਤ ਜ਼ਿਆਦਾ ਤੇ। ਬੀਬੀ ਆ ਕੇ ਮੈਂ ਆ ਕੇ ਚੇਲਮ ਦੇ ਵੰਡਣਾ, ਤੇਰੀ ਰੱਬ ਜ਼ਿਆਦਾ ਥੀ ਗਈ। ਮੇਰੇ ਇਮਾਮ ਹੌਲੇ ਹੌਲੇ ਆ ਕੇ, ਅੰਮਾ ਅੰਮਾ ਅਗਰ ਤੇਰੇ ਕੋਲੋਂ ਥੋੜਾ ਜਿਹਾ ਟਾਈਮ ਹੋਵੇ ਨਾ, ਅੰਮਾ ਤੇਰੇ ਕੋਲੋਂ ਥੋੜਾ ਜਿਹਾ ਟਾਈਮ ਹੋਵੇ ਤੇ ਇੱਥੇ ਸ਼ਾਮ ਵਿੱਚ ਮੇਰੀ ਇੱਕ ਬੁੱਢੜੀ ਭੈਣ ਆ ਗਈ, ਬਸ਼ੀਰ ਮਾਰੀ ਸ਼ਾਮ ਦੇ ਬਾਹਰੋਂ ਬਸ਼ੀਰ ਪੁੱਛੇ, ਮੌਲਾ ਰਸਤੇ ਰੂਹੇ ਨੂੰ ਕਿਨੂੰ ਕਿਨੂੰ ਵੈਸਨ ਜਾਣਦਾ, ਪੁੱਛੇ ਕਿਨੂੰ ਕਿਨੂੰ ਵੈਸਨ। ਬਸ਼ੀਰ ਆ ਕੇ ਸਿੱਧਾ ਮਦੀਨੇ,
بھی کربلا چمدین ہے اجا میرا امام نہیں بولا یا تریجے معمل چو ایک مستور دی کوک آئی ہے جائیں کہ ایک واقع چا کوئی او راگ نے جڑا میری دھی دی کبر دے آباد رہے یار آباد رہے یار ایک واقع کوئی او راگ نے جڑا میری دھی دی کبر دے امام حکم دیتے بشیر مار موڑی اٹھ بیٹھے تے بارہ لتیاں میں موقع چھوڑیے مجلس بڑھڑا بھرا زخمے بھرا تھکا ہویا بھرا بیمار بھرا بھین دی قبر تے بیٹھا نہیں سم پہ ہاں نال پہلا وین کی تیس مسومہ بھی ممنون جان دے دوجی دفعہ کہ میں تیرا ممنون تریجی دفعہ کہ میں تیرا ممنون چوتھی دفعہ کہ میں تیرا ممنون قبر جوئیں گے ہر گالا جو آدھے میں ممنون دسا میری گیڑی گیڑی گال دا ممنون آباد آئے میری گیڑی گیڑی گال دا ممنون بجڑے برا دسا ہونا شروع کی دے میر دی قبر دے متر آگیا دے شام ٹرے آزے بھین کو آتا بیٹھا مسلمان سا کو آدین سائی کڈو بھین کو بیٹھا دے مادی جائی ہر پردہ جار تھکی ہوئی ہونی آئی سائی کڈ دی آئی آدھے تو
ਇੱਕ ਜੁਮੇ ਦੀ ਰਾਤ ਡਿੱਗ ਪੋ